ਚੰਡੀਗੜ੍ਹ ਪੁਲਿਸ ਦੇ ਸਾਰੰਗਪੁਰ ਪੁਲਿਸ ਸਟੇਸ਼ਨ ਇੱਕ ਮਾਮਲਾ ਦਰਜ ਹੋਇਆ ਸੀਗਾ। ਇੱਕ ਰਾਜੀਵ ਉਫ ਰਾਜੂ ਨਾਂ ਦੇ ਸ਼ਖਸ ਨੂੰ ਕਾਬੂ ਕੀਤਾ, ਜੋ ਕਿ ਲੋਕਾਂ ਦੇ ਨਾਲ ਕਿਸ ਤਰ੍ਹਾਂ ਸਰਕਾਰ ਦੀ ਸਕੀਮਾਂ ਦੀ ਨਾਂ ਲੈ ਕੇ ਲੱਖਾਂ ਕਰੋੜਾਂ ਦੀ ਠੱਗੀ ਕਰ ਰਿਹਾ ਸੀਗਾ। ਹਾਲਾਂਕਿ ਉਸ ਤੋਂ ਪਹਿਲਾਂ ਜਦ ਪੁਲਿਸ ਦੇ ਕੋਲ ਮਾਮਲਾ ਪਹੁੰਚਿਆ ਤੇ ਨਾਲ ਦੇ ਨਾਲ ਮਾਮਲਾ ਦਰਜ ਕਰਕੇ ਉਹਨੂੰ ਕਾਬੂ ਕੀਤਾ ਤੇ ਹੁਣ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਗੁਰਮੁਖ ਸਰ ਨੇ। ਗੁਰਮੁਖ ਸਰ, ਇਹ ਕਿਉਂਕਿ ਮਾਮਲਾ ਤੁਹਾਡੇ ਕੋਲ ਪਹੁੰਚਿਆ ਸੀਗਾ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀ? 1/5/2024 ਨੂੰ ਸਾਡੇ ਕੋਲ ਕੰਪਲੇਂਟ ਆਈ ਸੀ। ਸੁਨੀਤਾ ਨਾਂ ਦੀ ਲੇਡੀ ਸੀਗੀ, ਧਨਾਸ ਤੋਂ ਰਹਿੰਦੀ ਸੀ, ਜਿਸ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਜਨਵਰੀ ਮਹੀਨੇ ਦੇ ਵਿੱਚ ਇੱਕ ਰਾਜੀਵ ਏਲੀਸ ਰਾਜੂ ਨਾਂ ਦਾ ਬੰਦਾ ਮੇਰੇ ਕੋਲ ਆਇਆ ਅਤੇ ਉਹਨੇ ਇਹ ਦੱਸਿਆ ਸੀ ਕਿ ਮੈਂ ਸੈਂਟਰ ਦੀ ਸਾਡੀ ਸਕੀਮ ਹੈ ਮੋਦੀ ਸਾਹਿਬ ਦੀ, ਕਿ ਵੀ ਕੁਛ ਬੰਦੇ ਜਿਹੜੇ ਹੈ ਇੱਥੇ ਸਵੱਛ ਅਭਿਆਨ ਸਾਫ਼ ਸਫਾਈ ਵਾਸਤੇ ਸਕੂਲਾਂ ਦੇ ਵਿੱਚ ਰੱਖਣੇ ਹੈ, ਅਤੇ ਉਹਨੇ ਉਹਨੂੰ ਹੋਰ ਬੰਦੇ ਵੀ ਅਰੇਂਜ ਕਰਨ ਨੂੰ ਕਿਹਾ ਅਤੇ ਨਾਲ ਉਹਨੂੰ ਵੀ ਉਹਦੇ ਅਪੁਆਇੰਟਮੈਂਟ ਕਰਤਾ। ਉਹਦੇ 'ਤੇ ਇਸ ਦੇ ਬਦਲੇ ਉਹਨੇ 35,000 ਰੁਪਈਆ ਜਿਹੜਾ ਹੈ ਗੂਗਲ ਦੇ ਰਾਹੀਂ ਆਪਣੇ ਅਕਾਊਂਟ 'ਚ ਪਵਾਇਆ ਅਤੇ ਕੁਛ ਪੈਸੇ ਉਹਨੇ ਨਕਦ ਲਏ ਅਤੇ ਉਹਦੇ ਕੋਲ ਕੰਮ ਕਰਨ ਲੱਗੀ। ਇਸੇ ਤਰ੍ਹਾਂ ਇਹਨੇ ਲਗਭਗ ਜਿਹੜੀ ਸਾਡੇ ਕੋਲ ਕੰਪਲੇਂਟਾਂ ਆਈਆਂ 94 ਦੇ ਬੰਦਿਆਂ ਦੇ ਕੰਪਲੇਂਟਾਂ ਆਈਆਂ, ਜਿਨ੍ਹਾਂ ਨੇ ਦੱਸਿਆ ਕਿ ਉਹ ਇਸੇ ਤਰ੍ਹਾਂ ਸਾਰਿਆਂ ਨੂੰ ਇਹ ਗੁਬਰਾਹ ਕਰ ਰਿਹਾ ਸੀਗਾ। 3 ਸਕੂਲ ਸਾਡੇ ਧਨਾਸ ਦੇ ਵਿੱਚ ਹੈ, RC1 RC2 ਰੀਹੈਬਿਲੇਸ਼ਨ ਸੈਂਟਰ ਹੈ, ਸਰਕਾਰੀ ਹੈ, ਇਹ ਸਾਰੇ 3 ਸਰਕਾਰੀ ਸਕੂਲ ਹੈ ਅਤੇ RC2 ਵਿੱਚ ਉਹ ਬਹਿੰਦਾ ਸੀ ਬਾਹਰ ਗਰਾਊਂਡ ਦੇ ਵਿੱਚ ਹੀ, ਉੱਥੇ ਹੀ ਉਹ ਉਹਨਾਂ ਨੂੰ ਬੱਚਿਆਂ ਨੂੰ ਜਾਂ ਜਿਹੜੇ ਬੰਦੇ ਉਹਨੇ ਰੱਖੇ ਆ ਉਹਨਾਂ ਨੂੰ ਬੁਲਾਉਂਦਾ ਸੀਗਾ ਅਤੇ ਹਰੇਕ ਬੰਦੇ ਤੋਂ ਲਗਭਗ 35,000-40,000-50,000 ਰੁਪਈਆ ਜਿਹੜਾ ਉਹ ਲੈਂਦਾ ਸੀਗਾ ਨੌਕਰੀ ਲਾਉਣ ਦੇ ਨਾਲ, ਨੌਕਰੀ ਸਫਾਈ ਦਾ ਕੰਮ ਵਾਸਤੇ ਜਿਹੜਾ ਉਹਨਾਂ ਨੂੰ ਨੌਕਰੀ ਦਿੰਦਾ ਸੀਗਾ। ਕੁਛ ਮਹੀਨੇ ਸ਼ੁਰੂ ਸ਼ੁਰੂ 'ਚ ਉਹਨਾਂ ਨੂੰ ਕੁਛ ਤਨਖਾਹ ਵੀ ਦਿੰਦਾ ਰਿਹਾ, ਕਿਸੇ ਨੂੰ 6,000, ਕਿਸੇ ਨੂੰ 8,000, ਕਿਸੇ ਨੂੰ 5,000 ਅਤੇ ਵਾਪਸ ਕਰਦਾ ਰਿਹਾ। ਬਾਅਦ 'ਚ ਜਦੋਂ 2-3 ਮਹੀਨੇ ਦੇ ਕਿਸੇ ਨੂੰ ਪੈਸਾ ਨਹੀਂ ਦਿੱਤਾ ਤਾਂ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਉਹਨਾਂ ਦੇ ਨਾਲ ਠੱਗੀ ਹੋਈ ਹੈ। ਕਾਗਜ਼ ਪੱਤਰ ਕੁਛ ਨਹੀਂ ਦਿੱਤਾ, ਨਾ ਕੋਈ ID ਕਾਰਡ ਦਿੱਤਾ ਨੇ, ਨਾ ਕੋਈ ਅਪੁਆਇੰਟਮੈਂਟ ਲੈਟਰ ਦਿੱਤਾ, ਅਤੇ ਬਸ ਲੋਕਾਂ ਨੇ ਇਸ ਲਾਲਚ 'ਚ ਆ ਕੇ ਉਹਨਾਂ ਨੂੰ ਲਾਲਚ ਦਿੰਦਾ ਰਿਹਾ ਕਿ DC ਰੇਟ 'ਤੇ ਤੁਹਾਨੂੰ ਜਿਹੜਾ ਮੈਂ ਅਪੁਆਇੰਟਮੈਂਟ ਕਰਾਂਗਾ ਅਤੇ ਬਾਅਦ 'ਚ ਤੁਸੀਂ ਪੱਕੇ ਹੋ ਜਾਓ। ਸਰ, ਇਹਦੇ ਵਿੱਚ ਹੈਰਾਨ ਵਾਲੀ ਗੱਲ ਹੈ ਕਿ ਸਕੂਲ ਪ੍ਰਬੰਧਕ ਨੂੰ ਵੀ ਨਹੀਂ ਪਤਾ ਲੱਗਿਆ, ਹਾਲਾਂਕਿ ਸਿੱਖਿਆ ਵਿਭਾਗ ਦਾ ਤਾਂ ਐਕਸ਼ਨ ਜ਼ਰੂਰ ਦੇਖਣ ਨੂੰ ਮਿਲਿਆ ਹੈ, ਲੇਕਿਨ ਸਕੂਲ ਨੂੰ ਕੀ ਕਹਿੰਦਾ ਸੀਗਾ, ਸਕੂਲ ਪ੍ਰਬੰਧਕ ਨੂੰ ਕੀ ਕਹਿੰਦਾ ਸੀ? ਸਕੂਲ ਦੇ ਪ੍ਰਿੰਸੀਪਲ ਨੂੰ ਵੀ ਇਹਨਾਂ ਨੇ ਇਹੀ ਦੱਸਿਆ ਕਿ ਇਸਨੇ ਕਿ ਮੈਂ ਸੈਂਟਰ ਤੋਂ ਅਸੀਂ ਫ੍ਰੀ ਜਿਹੜਾ ਹੈਗਾ ਕੋਈ ਪੈਸਾ ਨਹੀਂ ਤੁਹਾਡਾ ਲੱਗੇਗਾ, ਵੀ ਇਹ ਸਕੀਮ ਹੈਗੀ ਹੈ ਅਤੇ ਸਾਫ਼ ਸਫਾਈ ਤੁਹਾਡੇ ਸਕੂਲ ਦੀ ਹੋ ਜਾਏਗੀ। ਉਹ ਵੀ ਪਤਾ ਨਹੀਂ ਕਿਵੇਂ ਗੁਮਰਾਹ ਹੋ ਗਈ, ਡਿਟੇਲ ਇਨਕੁਆਇਰੀ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਕਰ ਰਿਹਾ ਉਹ ਸੱਚ ਸਾਹਮਣੇ ਆਵੇਗਾ। ਅਤੇ ਸਰ, ਹੋਰ ਵੀ ਇਹਦੇ ਵਿੱਚ ਸ਼ਾਮਿਲ ਹੈ ਕੋਈ, ਔਰ ਇਹਨੇ ਇਹ ਪੈਸਾ ਕੀ ਕੀਤਾ, ਹਜੇ ਤਾਂ ਕੋਈ ਸਾਹਮਣੇ ਆਇਆ ਹੋਵੇ? ਇੱਕ ਇਹਦੇ ਨਾਲ ਇੱਕ ਹੋਰ ਅਸੀਂ ਲੇਡੀ ਅਰੈਸਟ ਕੀਤੀ ਹੈ, ਚੰਦਾ ਠੋਕਰ ਹੈਗੀ ਹੈ, ਉਹਦੇ ਰਾਹੀਂ ਵੀ ਨੇ ਕੁਛ ਕਸਟਮਰ ਜਿਹੜੇ ਆਪਣੇ ਬੰਦੇ ਜਿਹੜੇ ਰੱਖੇ ਸੀਗੇ ਉਹ ਅਰੇਂਜ ਕਰਦੀ ਸੀਗੀ, ਅਤੇ ਉਹਨੂੰ ਵੀ ਅਰੈਸਟ ਕਰਕੇ ਅਸੀਂ ਜੇਲ੍ਹ 'ਚ ਭੇਜਤਾ ਹੈਗਾ। ਅਤੇ ਇਹ ਸਾਡੇ ਕੋਲ ਰਿਮਾਂਡ 'ਤੇ ਹੈਗਾ, ਰਿਮਾਂਡ 'ਤੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਡਿਟੇਲ 'ਚ ਕਿ ਇਹਨੇ ਜਿਹੜਾ ਪੈਸਾ ਕਿੱਥੇ ਕਿੱਥੇ ਮਕਾਨ 'ਤੇ ਲਾਇਆ ਜਾਂ ਕੋਈ ਪਲੋਟ ਖਰੀਦਿਆ ਜਾਂ ਅਕਾਊਂਟ ਦੀ ਵੀ ਜਿਹੜੀ ਅਸੀਂ ਆ ਉਹ ਅਕਾਊਂਟ ਡਿਟੇਲਮੈਂਟ ਦੇ ਰਹੇ ਹਾਂ ਸਾਰੇ, ਅਤੇ ਉਹਨੂੰ ਐਨਾਲਾਈਜ਼ ਕਰ ਰਹੇ ਹਾਂ। ਗੁਰਮੁਖ ਸਰ, ਕਿਉਂਕਿ ਇਹ ਆਪਣੇ ਆਪ 'ਚ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਹੈ ਕਿ ਤੁਸੀਂ ਜਿਹੜਾ ਚੰਡੀਗੜ੍ਹ ਪੁਲਿਸ ਨੇ ਇੱਕ ਪੂਰਾ ਇੱਕ ਜਿਹੜਾ ਖੁਲਾਸਾ ਕੀਤਾ, ਕਿੰਨਾ ਪੜ੍ਹਿਆ ਲਿਖਿਆ ਹੈ ਅਤੇ ਕਿੰਨਾ ਠੱਗੀ ਪਹਿਲਾਂ ਵੀ ਕਰ ਚੁੱਕਿਆ ਕੁਛ ਹੁਣ ਤੱਕ ਦੀ? ਦੇਖੋ, ਫਸਟ ਡੇ ਜਦੋਂ ਸਾਡੇ ਕੋਲ ਕੰਪਲੇਂਟ ਆਈ ਹੈ, ਕਾਫੀ ਲੋਕ ਅੱਗੇ ਆਏ ਇਹਦੇ ਵਾਸਤੇ, ਅੱਛੀ ਗੱਲ ਹੈ ਕਿ ਲੋਕਾਂ ਨੇ ਆ ਕੇ ਥਾਣੇ 'ਚ ਕੰਪਲੇਂਟ ਦਿੱਤੀ ਹੈ। ਅਸੀਂ ਵੀ ਇਮੀਡੀਏਟਲੀ ਅਫਸਰਾਂ ਨਾਲ ਗੱਲ ਕਰਕੇ ਅਸੀਂ ਡਾਇਰੈਕਟ FIR ਦਰਜ ਕੀਤੀ ਅਤੇ ਸੇਮ ਡੇ ਨੂੰ ਅਰੈਸਟ ਕਰ ਲਿਆ ਸੀਗਾ। ਪੁੱਛ ਕਿਸੇ ਨੇ ਦੱਸਿਆ ਵੀ ਇਹ 4 ਪੜ੍ਹਿਆ ਹੋਇਆ, ਸਿਰਫ 4-4th ਕਲਾਸ ਤੱਕ ਪੜ੍ਹਿਆ ਹੋਇਆ, ਹੋਰ ਵੀ ਇਹਦੇ ਨਾਲ ਹਜੇ ਤੱਕ ਤਾਂ ਸਾਹਮਣੇ ਨਹੀਂ ਆਇਆ ਵੀ ਕੋਈ ਹੋਰ ਬੰਦੇ ਵੀ ਇਹਦੇ ਨਾਲ ਸੀ, ਇਹ ਇਕੱਲਾ ਹੀ ਸੀਗਾ। ਇੱਕ ਦੋ ਆਪਣੇ ਰਿਸ਼ਤੇਦਾਰ ਦੇ ਥਰੂ ਇਹ ਕਸਟਮਰ ਜਾਂ ਆਪਣੇ ਇੰਪਲਾਈ ਜਿਹੜਾ ਬੰਦੇ ਸੀ ਅਰੇਂਜ ਕਰਵਾ ਰਿਹਾ ਸੀਗਾ। ਓਕੇ,
ਤੇ ਅਜੇ ਪੁੱਛਗਿੱਛ ਜਾਰੀ ਹੈ, ਰਿਮਾਂਡ ਤੇ ਸਾਡੇ, ਹੋਰ ਵੀ ਚੀਜ਼ਾਂ ਦਾ ਖੁਲਾਸਾ ਹੋ ਸਕਦਾ? ਹਾਂ ਬਿਲਕੁਲ ਜੀ, ਅਸੀਂ ਡਿਟੇਲ 'ਚ ਪੁੱਛਗਿੱਛ ਕਰਾਂਗੇ। ਪਹਿਲਾਂ ਵੀ ਸਾਡੇ ਕੋਲ 2-3 ਦਿਨ ਤੋਂ ਰਿਮਾਂਡ ਤੇ ਚੱਲ ਰਿਹਾ, ਅਸੀਂ ਅਲੱਗ ਅਲੱਗ ਇਹਦੀ ਕਾਲ ਡਿਟੇਲ, ਇਹਦੀ ਬੈਂਕ ਸਟੇਟਮੈਂਟਸ, ਜਾਂ ਇਹਨੇ ਕਿੱਥੇ ਕਿੱਥੇ ਕੋਈ ਪੈਸਾ ਲਾਇਆ, ਇਹਦੇ ਘਰ ਦਾ ਵਿਜਿਟ ਕਰਾਂਗੇ, ਸਾਰਾ ਕੁਝ ਕਰ ਰਹੇ ਹਾਂ। ਤੇ ਫਾਈਨਲ ਇਹ ਵੀ ਸਾਹਮਣੇ ਆ ਰਿਹਾ ਕਿ ਇਹਦੇ ਘਰ ਵੀ ਕਾਫੀ ਆਲੀਸ਼ਾਨ ਜਿਹੜਾ ਹੈਗਾ ਉਹ ਪਹਿਲਾਂ ਤੋਂ ਬਣਾਇਆ, ਇਹ ਰਾਮ ਦਰਬਾਰ ਰਹਿੰਦਾ, ਇਹਨੇ ਆਪਣਾ ਮਕਾਨ ਉੱਥੇ, ਟੀਮ ਮੇਰੀ ਗਈ ਸੀਗੀ, ਉਹ ਦੇਖਿਆ ਵੀ ਇਹਨੇ ਕਾਫੀ ਜਿਹੜਾ ਲੇਟੈਸਟ ਪੈਸਾ ਲਾ ਕੇ, ਮਾਰਬਲ ਵਗੈਰਾ, ਟਾਈਲਾਂ ਵਗੈਰਾ, ਵਾਸ਼ਰੂਮ ਬੜੇ ਅੱਛੇ ਨੇ ਨਾ ਬਣਾਏ ਹੋਏ ਆ, ਤੇ ਉਹ ਵੀ ਅਸੀਂ ਆਪਣਾ ਲੀਗਲ ਜਿਹੜਾ ਗੱਲਬਾਤ ਕਰਕੇ, ਸਲਾਹ ਕਰਕੇ ਉਹਨੂੰ ਵੀ ਅਟੈਚ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਬਿਲਕੁਲ, ਜਿੱਦਾਂ ਪੁਲਿਸ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ, ਹੋਰ ਵੀ ਖੁਲਾਸੇ ਜਿਹੜੇ ਹੈ ਉਹ ਕਰਦਾ ਨਜ਼ਰ ਆ ਰਿਹਾ ਪੁੱਛ ਕੇ, ਜਿੱਦਾਂ ਸਰ ਨੇ ਦੱਸਿਆ, ਕਿਉਂਕਿ ਬੜੇ ਸ਼ਾਤਿਰ ਤਰੀਕੇ ਦੇ ਨਾਲ ਲੋਕਾਂ ਨਾਲ ਕਿਸ ਤਰ੍ਹਾਂ ਗੁੰਮਰਾਹ ਕੀਤਾ, ਲੋਕਾਂ ਦੇ ਨਾਲ ਕਿਸ ਤਰ੍ਹਾਂ ਠੱਗੀ ਕੀਤੀ, ਔਰ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ, ਹੋਰ ਵੀ ਖੁਲਾਸੇ ਹੋਣਗੇ। ਹੁਣ ਦੇਖਣਾ ਹੋਵੇਗਾ ਕਿ ਅੱਗੇ ਹੋਰ ਕਿਹੜੇ ਕਿਹੜੇ ਲੋਕਾਂ ਦੇ ਨਾਲ ਇਹਨੇ ਠੱਗੀ ਕੀਤੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।